ਮਾਂਜੀ ਦੀ ਫਿਲਮ ਇੱਕ ਕੁੜੀ ਪੰਜਾਬ ਦੇ ਵਿੱਚ ਤੁਸੀਂ ਉਸ ਨੂੰ ਵੇਖਿਆ ਤੇ ਮੈਂ ਉਸ ਖੂਬਸੂਰਤ ਨੌਜਵਾਨ ਨੂੰ ਮੰਚ ਉੱਤੇ ਸੱਦ ਰਿਹਾ ਯਸ਼ ਸ਼ਰਮਾ ਚਰਿੱਤ ਅਭਿਨੇਤਾ ਸਨਮਾਨ ਲੈਣ ਲਈ ਅਮਨ ਤਾਲੀਵਾਲ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਂਦਾ ਇਸ ਮਾਇਆ ਨਗਰੀ ਦਾ ਮੈਂ ਬਹੁਤ ਛੋਟਾ ਜਿਹਾ ਹਿੱਸਾ ਬਹੁਤ ਛੋਟਾ ਜਿਹਾ ਕਿਣਕਾ ਬਹੁਤ ਹੀ ਛੋਟੀ ਜਿਹੀ ਜਗ੍ਹਾ ਮਾਨਸਾ ਤੋਂ ਮੈਂ ਬਿਲੋਂਗ ਕਰਦਾ ਅਤੇ ਮੇਰੇ ਮਾਤਾ ਜੀ ਮੁੱਖ ਅਧਿਆਪਕ ਨੇ ਇਸ ਖਾਲਸਾ ਸਕੂਲ ਦੇ ਬੈਠੇ ਹੋਏ ਨੇ ਮੈਂ ਉਹਨਾਂ ਨੂੰ ਚਾਹੁੰਦਾ ਇੱਕ ਵਾਰੀ ਖੜ੍ਹੇ ਹੋ ਜਾਣ ਅਤੇ ਉਹਨਾਂ ਦੀ ਬਦੌਲਤ ਮੈਂ ਇਸ ਤੱਕ ਪਹੁੰਚਿਆ ਅਤੇ ਇਸ ਫਿਲਮ ਇੰਡਸਟਰੀ ਦੇ ਧੁਰੇ ਸਰਦਾਰ ਮਨਮੋਹਨ ਸਿੰਘ ਜਿਨ੍ਹਾਂ ਨਾਲ ਮੈਂ ਕੰਮ ਕੀਤਾ ਇੱਕ ਕੁੜੀ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਜ਼ਰੀਏ ਤੁਸੀਂ ਨੋਟਿਸ ਕੀਤਾ ਮੈਨੂੰ ਅਤੇ ਬਹੁਤ ਖੁਸ਼ੀ ਹੋਈ ਅੱਜ ਇਹ ਅਵਾਰਡ ਮੈਨੂੰ ਮਿਲਿਆ ਜਿਨ੍ਹਾਂ ਦਾ ਅਵਾਰਡ ਮਿਲਿਆ ਉਹਨਾਂ ਦੀਆਂ ਵੀ ਮੈਂ ਬਹੁਤ ਫਿਲਮਾਂ ਦੇਖੀਆਂ ਨੇ ਯਸ਼ ਸ਼ਰਮਾ ਜੀ ਤੁਸੀਂ ਵੀ ਬਹੁਤ ਸਾਰੀਆਂ ਫਿਲਮਾਂ ਦੇਖੀਆਂ ਹੋਣਗੀਆਂ ਉਹਨਾਂ ਦੀਆਂ ਬਟਵਾਰਾ ਤੋਂ ਲੈ ਕੇ ਅਤੇ ਇੰਨੇ ਮਹਾਨ ਕਲਾਕਾਰ ਉਹਨਾਂ ਦੇ ਨਾਮ ਦਾ ਮੈਨੂੰ ਜਿਹੜਾ ਅਵਾਰਡ ਮਿਲਿਆ ਅੱਜ ਮੈਂ ਬਹੁਤ ਖੁਸ਼ ਹਾਂ ਅਤੇ ਆਈ ਐਮ ਸੋ ਥੈਂਕਫੁਲ ਟੂ ਯੂ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਅਮਨ ਜੀ ਆਪਣੇ ਚਹੇਤੇ ਕਲਾਕਾਰਾਂ ਨੂੰ ਮਿਲਣਾ ਉਹਨਾਂ ਦਾ ਅਭਿਨੰਦਨ ਕਰਨਾ ਇਹ ਸਾਡੇ ਨੌਜਵਾਨ ਕਲਾਕਾਰ ਨੇ ਕਿਉਂਕਿ ਅਸਲੀ ਦਰਸ਼ਕ ਜਿਹੜੇ ਨੇ ਇਹ ਨੌਜਵਾਨ ਹੀ ਨੇ ਪੰਜਾਬ ਦੇ ਵਿੱਚ ਨਵੀਂ ਪੀੜ੍ਹੀ ਜੇ ਪੰਜਾਬੀ ਸਿਨੇਮਾ ਦੇਖ ਰਹੀ ਹੈ ਪੰਜਾਬੀ ਸਿਨੇਮਾ ਵੱਲ ਆਕਰਸ਼ਿਤ ਹੋ ਰਹੀ ਹੈ ਇਹ ਪੰਜਾਬੀ ਸਿਨੇਮਾ ਦੇ ਸੁਨਹਿਰੀ ਭਵਿੱਖ ਦੀ ਜ਼ਮਾਨਤ ਹੈ ਅਮਨ ਧਾਲੀਵਾਲ ਹੋਰਾਂ ਨੇ ਬੜੀ ਸ਼ਾਇਸਤਗੀ ਨਾਲ ਤੁਹਾਡੇ ਨਾਲ ਬੋਲ ਸਾਂਝੇ ਕੀਤੇ ਔਰ ਚੰਗੀ ਗੱਲ ਇਹ ਹੋਈ ਕਿ ਉਹਨਾਂ ਨੇ ਆਪਣੇ ਮਾਤਾ ਜੀ ਨੂੰ ਤੁਹਾਡੇ ਨਾਲ ਮਿਲਾਇਆ ਮਾਂ ਪ੍ਰਤੀ ਇਹ ਸਤਿਕਾਰ ਦੇਣਾ ਮਾਂ ਨੂੰ ਨਾਲ ਲੈ ਕੇ ਆਉਣਾ ਆਪਣੀਆਂ ਪ੍ਰਾਪਤੀਆਂ ਦੇਖਣ ਲਈ ਇਹ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਹੋ ਜਿਹਾ ਦੌਰ ਸਾਡਾ ਬਣ ਚੁੱਕਾ ਉੱਥੇ ਅਸੀਂ ਮਾਂ ਪਿਓ ਨੂੰ ਭੁੱਲਦੇ ਜਾ ਰਹੇ ਹਾਂ ਮੈਂ ਇੱਕ ਦੋ ਸਤਰੀ ਕਵਿਤਾ ਦੇ ਵਿੱਚ ਗੱਲ ਕਹੀ ਸੀ ਕਿ ਬੱਚੇ ਸਾਂ ਤਾਂ ਲੜਦੇ ਸਾਂ ਮਾਂ ਮੇਰੀ ਹੈ ਮਾਂ ਮੇਰੀ ਹੈ ਮਾਂ ਮੇਰੀ ਹੈ ਬੱਚੇ ਸਾਂ ਤਾਂ ਲੜਦੇ ਸਾਂ ਮਾਂ ਮੇਰੀ ਹੈ ਮਾਂ ਮੇਰੀ ਹੈ ਮਾਂ ਮੇਰੀ ਹੈ ਵੱਡੇ ਹੋਏ ਤਾਂ ਲੜਦੇ ਹਾਂ ਮਾਂ ਤੇਰੀ ਹੈ ਮਾਂ ਤੇਰੀ ਹੈ ਮਾਂ ਤੇਰੀ ਹੈ ਲੇਕਿਨ ਅਮਨ ਨੇ ਆਪਣੇ ਮੰਮਾ ਨੂੰ ਨਾਲ ਲਿਆ ਕੇ ਇਹ ਦੂਜੀ ਵਾਰੀ ਹੋਇਆ ਫਿਲਮ ਫੈਸਟੀਵਲ ਵਿੱਚ ਸੰਜੇ ਲੀਲਾ ਬੰਸਾਲੀ ਨੇ ਜਦੋਂ ਦੇਵਦਾਸ ਲਈ ਅਵਾਰਡ ਮਿਲਿਆ ਸੀ ਉਦੋਂ ਜਦੋਂ ਅਵਾਰਡ ਲੈਣ ਗਿਆ ਤੇ ਉਹਨੇ ਆਪਣੇ ਮਾਤਾ ਨੂੰ ਆਡੀਅੰਸ ਨਾਲ ਮਿਲਾਇਆ ਸੀ ਤੇ ਅੱਜ ਉਹ ਕੰਮ ਪੰਜਾਬੀ ਫਿਲਮ ਫੈਸਟੀਵਲ ਵਿੱਚ ਅਮਨ ਨੇ ਕੀਤਾ ਅਮਨ ਦੀ ਇਸ ਸੋਚ ਨੂੰ ਸਲਾਮ ਹੈ